ਵਿਊ ਫਾਰ ਨਿਊਜ਼ ਪੇਸ਼ ਕਰ ਰਿਹਾ ਪੰਜਾਬੀ ਖਬਰਾਂ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਨਾਏ ਜਾ ਰਹੇ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਤੀਸਰੇ ਦਿਨ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਰਮਦਾਨ ਦਿਵਸ 'ਤੇ ਖੁਦ ਝਾੜੂ ਫੜ ਕੇ ਸਫਾਈ ਕਰਦੇ ਹੋਏ ਕਿਹਾ ਕਿ ਨਵੇਂ ਭਾਰਤੀ ਸਿਰਜਣਾ ਲਈ ਸਫਾਈ ਦੇ ਇਸ ਮਹਾਂਕੁੰਭ ਸਵੱਛਤਾ ਹੀ ਸੇਵਾ ਵਿੱਚ ਦੇਸ਼ ਦੇ ਹਰ ਇੱਕ ਨਾਗਰਿਕ ਦੀ ਸ਼ਮੂਲੀਅਤ ਜ਼ਰੂਰੀ ਹੈ। ਇਸ ਮੌਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ, ਡਿਪਟੀ ਕਮਿਸ਼ਨਰ ਵਿਪੁਲ ਉਜਵਲ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੁਪਮ ਕਲੇਰ ਨੇ ਬੜੀ ਹੀ ਸ਼ਰਧਾ ਨਾਲ ਖੁਦ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਦੀ ਸਫਾਈ ਕੀਤੀ। ਇਸ ਤੋਂ ਪਹਿਲਾਂ ਉਹਨਾਂ ਸਵੱਛਤਾ ਦਾ ਸੰਦੇਸ਼ ਘਰ ਘਰ ਪਹੁੰਚਾਉਣ ਲਈ ਇੱਕ ਵਿਸ਼ੇਸ਼ ਸਵੱਛਤਾ ਰੱਥ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹਿੰਦੁਸਤਾਨ ਦੇ ਇੱਕ ਇੱਕ ਭਾਈ ਭਾਈ ਬਣ ਕੇ ਜਦੋਂ ਮੁਲਕ ਨੂੰ ਸੁਧਾਰਨ ਦੇ ਲਈ ਇਹੋ ਜਿਹਾ ਸਹਿਯੋਗ ਕਰਾਂਗੇ ਤੇ ਮੈਂ ਸਮਝਦੀ ਹਾਂ ਐਗਜ਼ੈਂਪਲਰੀ ਜਿਵੇਂ ਕਿ ਸੋਚ ਬਣਾਈ ਗਈ ਹੈ ਕਿ ਸੂਬਾ ਖੂਬਸੂਰਤ ਹੋਵੇ। ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਅੱਜ ਜਦੋਂ ਸੁਨੇਹਾ ਦਿੱਤਾ ਸਵੇਰੇ, ਅਸੀਂ ਪਹਿਲੇ ਦਿਨ ਓਟ ਲੈਂਦੇ ਹੋਏ 15 ਤਰੀਕ ਨੂੰ ਜਦੋਂ ਓਟ ਲਈ ਗਈ ਕਿ ਅੱਜ ਵਾਅਦਾ ਕਰਿਓ ਕਿ ਜੋ ਇੱਕ ਪ੍ਰੋਗਰਾਮ ਸਰਕਾਰ ਵੱਲੋਂ ਨੀਚੇ ਗਏ ਨੇ ਉਸ ਨੂੰ ਪੂਰਾ ਕਰਿਓ। ਇੱਕ ਅਭਿਆਨ ਜਿਹੜਾ ਇਸ ਵਾਰ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਆਹਵਾਨ ਦੇ ਸਦਕਾ ਪੂਰੇ ਦੇਸ਼ ਦੇ ਵਿੱਚ ਇੱਕ ਸ਼ਰਮਦਾਨ ਦਾ ਕੰਮ ਚੱਲ ਰਿਹਾ ਔਰ ਉਹਦੇ 'ਚ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਆਹਵਾਨ ਕੀਤਾ ਕਿ ਅਸੀਂ ਸਾਰੇ ਸੰਕਲਪ ਕਰੀਏ ਕਿ ਅਸੀਂ ਦੇਸ਼ ਨੂੰ ਸਵੱਛ ਭਾਰਤ ਜਿਹੜਾ ਬਣਾਉਣਾ, ਸਵੱਛ ਭਾਰਤ ਦਾ ਅਸੀਂ ਸਾਰਿਆਂ ਨੇ ਸੰਕਲਪ ਕਰਨਾ। 15 ਸਪਟੰਬਰ ਤੋਂ ਲੈ ਕੇ 2 ਅਕਤੂਬਰ ਤੱਕ, ਗਾਂਧੀ ਜੀ ਦੇ ਜਨਮ ਦਿਵਸ ਤੱਕ, ਇਹ ਸ਼ਰਮਦਾਨ ਜਿਹੜਾ ਕਾਰਜਕ੍ਰਮ ਪੂਰੇ ਦੇਸ਼ ਦੇ ਵਿੱਚ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ ਚੱਲ ਰਿਹਾ ਔਰ ਉਹਦੇ ਨਿਮਿਤ ਹੀ ਅੱਜ ਹੁਸ਼ਿਆਰਪੁਰ ਦੇ ਡੀ ਸੀ ਆਫਿਸ ਵਿੱਚ, ਡੀ ਸੀ ਕੰਪਲੈਕਸ ਵਿੱਚ ਡੀ ਸੀ ਸਾਹਿਬ ਵੱਲੋਂ ਔਰ ਉਹਨਾਂ ਦੇ ਸਾਰੇ ਮਿਨਿਸਟਰ ਸਟਾਫ ਵੱਲੋਂ ਔਰ ਜਿਹੜਾ ਡਿਪਾਰਟਮੈਂਟਲ ਸਟਾਫ ਵੱਲੋਂ ਇਹ ਸ਼ਰਮਦਾਨ ਦਾ ਕਾਰਜਕ੍ਰਮ ਪੂਰੇ ਜ਼ਿਲ੍ਹਾ ਦੇ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ, ਵੱਖ ਵੱਖ ਚੌਂਕਾਂ ਵਿੱਚ ਕੀਤਾ ਜਾ ਰਿਹਾ। ਸੋ ਅੱਜ ਵਿਸ਼ੇਸ਼ ਦਿਨ ਵੀ ਹੈ ਕਿ ਇਤਵਾਰ 17 ਤਰੀਕ ਔਰ 24 ਤਰੀਕ ਔਰ 2 ਤਰੀਕ 1 ਤਰੀਕ 15 ਤਰੀਕ ਇਹ ਸਾਰੇ ਕਾਰਜਕ੍ਰਮ ਦਿੱਤੇ ਸੀ ਔਰ ਅੱਜ ਇਤਵਾਰ ਵੀ ਇਤਫਾਕ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਵੀ ਹੈ। ਸੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਵਸ ਵੀ ਅਸੀਂ ਇਸ ਸੇਵਾ ਕਾਰਿਆਂ ਦੇ ਨਾਲ ਜੁੜ ਕੇ ਹੀ ਸਾਰੇ ਦੇਸ਼ ਦੇ ਵਿੱਚ ਮਨਾ ਰਹੇ ਹਾਂ। ਉਹਦੇ ਨਿਮਿਤ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਇਸ ਸੇਵਾ ਦਾ ਮੌਕਾ ਮਿਲਿਆ ਔਰ ਸਵੱਛਤਾ ਹੀ ਸੇਵਾ ਇਸ ਮੁਹਿੰਮ 'ਚ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਜੋੜਿਆ ਔਰ ਬਾਕੀ ਲੋਕ ਨਾਗਰਿਕ ਦੇਸ਼ ਦੇ ਹਰ ਨਾਗਰਿਕ ਨੂੰ ਇਸ ਨਾਲ ਜੁੜਨ ਦਾ ਆਹਵਾਨ ਕੀਤਾ। ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ, ਸੈਂਟਰ ਗੌਰਮੈਂਟ ਵੱਲੋਂ ਅਤੇ ਨਾਲ ਪੰਜਾਬ ਸਰਕਾਰ ਵੱਲੋਂ ਸਾਨੂੰ 15 ਸਤੰਬਰ ਤੋਂ ਇਹ ਜਿਹੜੀ ਇੱਕ 15 ਦਿਨ ਦਾ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ
ਸਫਾਈ ਦੇ ਲਈ ਪੂਰੇ ਨੇਸ਼ਨ ਵਾਈਡ ਪੂਰੇ ਦੇਸ਼ ਵਿਆਪੀ ਮੁਹਿੰਮ ਚਲਾਈ ਗਈ ਹੈ, ਜਿਹਦਾ ਮੇਨ ਮੋਟੋ ਸਰਕਾਰ ਵੱਲੋਂ ਦਿੱਤਾ ਗਿਆ ਹੈ ਔਰ ਸਵੱਛਤਾ ਹੀ ਸੇਵਾ। ਯਾਨੀ ਇਹਦਾ ਮਤਲਬ ਹੈ ਕਿ ਜਦੋਂ ਆਪਾਂ ਕੋਈ ਚੀਜ਼ ਨੂੰ ਸਵੱਛ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਉਹ ਇੱਕ ਤਰ੍ਹਾਂ ਦੀ ਆਪਾਂ ਸੇਵਾ ਕਰ ਰਹੇ ਹਾਂ, ਨਾ ਕੇਵਲ ਇਨਸਾਨੀਅਤ ਦੀ ਸੇਵਾ ਕਰ ਰਹੇ ਹਾਂ, ਦੇਸ਼ ਦੀ ਸੇਵਾ ਕਰ ਰਹੇ ਹਾਂ। ਪਿੰਡਾਂ 'ਚ ਵੀ ਆਪਾਂ BDPO ਸਾਹਿਬਾਨ ਦੇ ਥਰੂ ਸਰਪੰਚਾਂ ਨੂੰ ਮਿਲ ਕੇ ਉਹ ਵੀ ਕਰ ਰਹੇ ਨੇ। ਇਸ ਤੋਂ ਇਲਾਵਾ ਆਪਾਂ ਸਵੱਛ ਭਾਰਤ ਮਿਸ਼ਨ 'ਚ ਆਪਾਂ ਜਿੱਥੇ ਟਾਇਲਟਸ ਬਣਨੇ ਹੈਗੇ ਲੋਕਾਂ ਨੂੰ, ਜਿੱਦਾਂ ਖੁੱਲ੍ਹੇ 'ਚ ਸ਼ੌਚ ਜਾਣੇ ਤੋਂ ਰੋਕਣਾ ਹੈ, ਜਿੱਦਾਂ ਕਿ ਅਗੇਨ ਬਹੁਤ ਬੜਾ ਪਾਰਟ ਹੈਗਾ ਆਪਣੀ ਸਵੱਛ ਭਾਰਤ ਮੁਹਿੰਮ ਦਾ, ਉਹਦੇ ਲਈ ਵੀ ਆਪਾਂ ਕੋਸ਼ਿਸ਼ ਹੈ, ਪ੍ਰਯਾਸਰਤ ਹੈ। 15 ਤਾਰੀਖ ਨੂੰ ਲਗਭਗ 250 ਸਰਪੰਚਾਂ ਨੂੰ ਬੁਲਾ ਕੇ ਆਪਾਂ ਰਿਕੁਐਸਟ ਕੀਤੀ ਸੀਗੀ ਕਿ ਉਹ ਵੀ ਆਪਣੇ ਗਾਂਵ ਨੂੰ, ਪਿੰਡ ਨੂੰ ਖੁੱਲ੍ਹੇ 'ਚ ਸ਼ੌਚ ਮੁਕਤ ODF ਕਰਨ।